ਹੈ ਜੀ ਬ੍ਰਿਟਿਸ਼ ਕੋਲੰਬੀਆ ਸਭ ਤੋਂ ਡੇਂਜਰਸ ਜਿਹੜੀ ਸਲੋਪ ਹੈ ਢਲਾਣ ਇੱਥੇ ਬਹੁਤ ਤਰੀਕੇ ਨਾਲ ਬੜੇ ਪਿਆਰ ਨਾਲ ਗੱਡੀ ਨੂੰ ਲਾਉਣ ਦਾ ਫਾਇਦਾ ਥੋੜ੍ਹੀ ਜਿਹੀ ਹੜਬੜੀ ਦੇ ਵਿੱਚ ਸਭ ਕੁਝ ਖਤਮ ਹੋ ਸਕਦਾ ਅਤੇ ਬਸ ਆਰਾਮ ਨਾਲ ਨਿਕਲ ਜਾਓ ਥੋੜ੍ਹਾ ਜਿਹਾ 2-3 ਕਿਲੋਮੀਟਰ ਜ਼ਿਆਦਾ ਢਲਾਣ ਹੈ ਬਹੁਤ ਤਿੱਖੀ ਢਲਾਣ ਹੈ ਅੱਗੇ ਫਿਰ ਜਿਸ ਤਰ੍ਹਾਂ ਮਰਜ਼ੀ ਫਿਰ ਚਲੋ ਕੋਸ਼ਿਸ਼ ਕਰੋ ਕਿ ਇਹ ਜਿਹੜਾ ਥੋੜ੍ਹਾ ਜਿਹਾ ਪੈਚ ਹੈ ਵਿੱਚ ਇਹਨੂੰ ਹੌਲੀ 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 ਕੱਟ ਲਓ ਇੱਕ ਦੋ ਮਿੰਟ 2-4 ਮਿੰਟ 5 ਮਿੰਟ ਫਾਲਤੂ ਲੱਗ ਜਾਣ ਲੇਕਿਨ ਬੰਦਾ ਸੇਫਟੀ ਨਾਲ ਆਪਣੇ ਘਰ ਚੱਲ ਜਾਂਦਾ ਹੈ ਨਾ ਜੀ ਅਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਇੱਥੇ ਕੋਕਿਲਾ ਹਿੱਲ ਵਾਲੇ ਪਾਸ ਤੋਂ ਨਿਕਲੋ ਅਤੇ ਸਭ ਤੋਂ ਡੇਂਜਰਸ ਇਹਨੂੰ ਦੱਸਦੇ ਹਾਂ ਅਤੇ ਡੇਂਜਰ ਹੈਗੀ ਵੀ ਹੈ ਅਤੇ ਕੋਸ਼ਿਸ਼ ਕਰੋ ਕਿ ਬਿਲਕੁਲ ਆਰਾਮ ਨਾਲ ਉਤਰੋ ਕੋਈ ਕਾਹਲੀ ਨਾ ਕਰੋ ਅਤੇ ਹੌਲੀ 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 1500-1600 RPM 'ਤੇ ਆਰਾਮ ਨਾਲ ਉਤਾਰ ਦਿਓ ਕਹਿੰਦੇ ਜੀ ਉਤਰਦੀ ਨਹੀਂ ਹੈ ਉਤਰਦੀ ਨਹੀਂ ਹੈ ਦੇਖੋ ਆਰਾਮ ਨਾਲ ਉਤਰਦੀ ਆਹ ਦੇਖੋ ਛੁੱਟਾ ਉੱਟੀ ਜਾਂਦਾ ਅਤੇ ਫਿਰ ਅੱਗੇ ਜਾ ਕੇ ਲੋਕਾਂ ਨੂੰ ਮਾਰਦੇ ਆ ਅਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿੰਨਾ ਕੁ ਹੌਲੀ ਉਤਾਰ ਲਵੇ ਬੰਦਾ ਉਨਾ ਵਧੀਆ ਸਾਰੀ 2-3 ਮਿੰਟ ਦੀ ਖੇਡ ਹੈ ਸਾਰੀ ਅਤੇ 2-4 ਮਿੰਟਾਂ 'ਚ ਅਗਰ ਤੁਸੀਂ ਆਪਣਾ ਕੰਟਰੋਲ ਗਵਾ ਲਿਆ ਤਾਂ ਫਿਰ ਕਿਉਂਕਿ ਜਿਹੜੀ ਢਲਾਣ ਹੈ ਬਹੁਤ ਲੰਬੀ ਹੈ ਇਹ ਜਿੱਥੇ ਇਸ ਟਾਈਮ ਆਪਾਂ ਚੱਲਦੇ ਪਏ ਹਾਂ ਸਭ ਤੋਂ ਜ਼ਿਆਦਾ ਡੇਂਜਰਸ ਜਗ੍ਹਾ ਇਹੀ ਹੈ ਅਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਇੱਥੋਂ ਆਰਾਮ ਨਾਲ ਉਤਾਰ ਲਿਆ ਜਾਏ ਅੱਗੇ ਫਿਰ ਜਾ ਕੇ ਭਜਾ ਲਓ ਜਿੰਨਾ ਭਜਾਉਣਾ ਇਹ ਜਿਹੜਾ ਏਰੀਆ ਇੱਥੋਂ ਆਰਾਮ ਨਾਲ ਕਿਉਂਕਿ ਟਨਲ ਵੀ ਹੈਗੀਆਂ ਤੁਸੀਂ ਦੇਖ ਸਕਦੇ ਹੋ ਟਨਲ ਨੇ ਆਰਾਮ ਨਾਲ ਬਿਲਕੁਲ ਆਰਾਮ ਨਾਲ ਉਤਾਰ ਲਓ ਕੋਈ ਕਾਹਲੀ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ 2-4 ਮਿੰਟ ਦਾ ਹੀ ਫਰਕ ਪੈਂਦਾ ਅੱਗੇ ਜਾ ਕੇ ਜਿਹੜੇ ਭੱਜੇ ਜਾਣ ਲੱਗੇ ਅੱਗੇ ਜਾ ਕੇ ਸਾਰੇ ਇਕੱਠੇ ਹੋ ਜਾਣੇ ਸਤਰ ਕੇ ਇਹ ਤੁਹਾਡਾ ਏਰੀਆ ਇਹਨੂੰ ਆਰਾਮ ਨਾਲ ਉਤਾਰ ਲਓ ਟਨਲ ਨੇ ਅੱਗੇ ਕਾਫੀ ਦੂਰ ਤੱਕ ਢਲਾਣ ਹੈ ਜਿਹੜਾ ਨਵਾਂ ਬੰਦਾ ਹੈ ਜਿਹਨੂੰ ਨਹੀਂ ਪਤਾ ਉਹਦੇ ਵਾਸਤੇ ਵੀਡੀਓ ਹੈ ਸਪੈਸ਼ਲ ਜਿਹੜਾ ਬ੍ਰਿਟਿਸ਼ ਕੋਲੰਬੀਆ ਆ ਰਿਹਾ ਜਿਹੜਾ ਐਡਮਿੰਟਨ ਤੋਂ ਆ ਰਿਹਾ ਇੱਧਰ ਨੂੰ ਜਿਹੜਾ ਕੈਲਗਰੀ ਤੋਂ ਆ ਰਿਹਾ ਸਰੀ ਨੂੰ ਵੈਂਕੂਵਰ ਨੂੰ ਉਹ ਸਾਰੇ ਆਰਾਮ ਨਾਲ ਇੱਥੋਂ ਉਤਰੋ ਠੀਕ ਹੈ ਨਾ ਜੀ 2 ਮਿੰਟ ਦੀ ਕਾਹਲੀ ਨਾਲ ਕੋਈ ਨਹੀਂ ਜਲਦੀ ਕੁਛ ਪੈਂਦਾ ਅਤੇ ਬਸ ਇਹ ਜ਼ਿਆਦਾ ਜਿਹੜਾ ਸਲੋਪ ਵਾਲਾ ਏਰੀਆ ਸੀ ਆਪਾਂ ਨਿਕਲ ਆਏ ਹਾਂ ਅਤੇ ਅੱਗੇ ਹੁਣ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਨਾ ਇੱਥੋਂ ਫਿਰ ਤੁਸੀਂ ਪਹੁੰਚਾਉਣਾ ਚਾਹੋ ਪਹੁੰਚਾ ਵੀ ਸਕਦੇ ਹੋ ਪਹੁੰਚਾ ਲਓ ਭਾਈ ਜਿੰਨਾ ਪਹੁੰਚਾਉਣਾ ਲੇਕਿਨ ਇਹ ਹੈ ਕਿ ਤੁਹਾਡਾ ਮੇਨ ਪਿੱਛੇ ਜਿਹੜੀ ਸਲੋਪ ਹੈ ਉਹ ਤੁਹਾਡੀ ਆਰਾਮ ਨਾਲ ਉਤਾਰ ਲੈਣੀ ਚਾਹੀਦੀ ਹੈ ਚੰਗਾ ਜੀ ਆਈ ਹੋਪ ਯੂ ਗੈਟ ਇਟ ਅਤੇ ਕੋਸ਼ਿਸ਼ ਕਰੋ ਕਿ ਇੱਥੋਂ ਜਦੋਂ ਵੀ ਨਿਕਲੋ ਥੋੜ੍ਹਾ ਆਰਾਮ ਨਾਲ ਥੋੜ੍ਹਾ ਪਿਆਰ ਨਾਲ ਪੀਣ ਦੀ ਕੋਸ਼ਿਸ਼ ਕਰੋ ਚੰਗਾ ਜੀ ਓਕੇ ਸਤਿ ਸ਼੍ਰੀ ਅਕਾਲ ਦੋਸਤੋ ਬਾਏ ਟੇਕ ਕੇਅਰ